ਹੈਲੋ ਫਰੈਂਡਸ, ਤੱਕ ਦੇਣ ਤੁਸੀਂ ਸਾਰੇ ਹੀ ਕਮੈਂਟ ਕਰਕੇ ਜ਼ਰੂਰ ਦੱਸਣਿਓ। ਮੇਰੇ ਵਿਆਹ ਦੀਆਂ ਤਿਆਰੀਆਂ ਚੱਲੀ ਪਈਆਂ ਨਾ, ਅੱਜ ਮੈਂ ਪਹਿਲੀ ਸ਼ੋਪਿੰਗ ਕਰਨ ਆਈ ਹੈ ਮੇਕਅਪ ਦੀ। ਤੁਹਾਨੂੰ ਪਤਾ ਹੀ ਹੈ ਕੁੜੀਆਂ ਤਾਂ ਪਹਿਲਾਂ ਮੇਕਅਪ ਚਾਹੀਦਾ, ਇੰਨਾਂ ਤਾਂ ਮੈਂ ਮੇਕਅਪ ਕਰਦੀ ਨਹੀਂ, ਪਰ ਵਿਆਹ ਤੋਂ ਬਾਅਦ ਥੋੜ੍ਹਾ ਥੋੜ੍ਹਾ ਕਰਨਾ ਪਾਉਣਾ। ਦੀਦੀ, ਮੈਂ ਪ੍ਰੀਆ ਲੈ ਕੇ ਆਈ ਹਾਂ, ਮੈਨੂੰ ਪ੍ਰੋਡਕਟਸ ਦੀ ਇਤਨੀ ਨੌਲੇਜ ਨਹੀਂ ਹੈ, ਤਾਂ ਪ੍ਰੀਆ ਮੇਕਅਪ ਦੀਆਂ ਵੀਡੀਓ ਦੇਖਦੀ ਰਹਿੰਦੀ, ਤਾਂ ਇਹਨੇ ਮੈਨੂੰ ਦੱਸਿਆ ਵੀ ਮੈਨੂੰ ਪਤਾ ਕਿਆ ਕਿਆ ਲੱਗਦਾ ਹੁੰਦਾ। ਕਹਿੰਦੇ ਇੱਥੇ ਹਾਂ ਡਿਸਾਈਡ ਕਰ ਰਹੀ ਹਾਂ ਕਿ ਸਪੰਜ ਇੱਕ ਲੈਣੀ ਹੈ, 3-4 ਲੈ ਲੈਣ, ਤਾਂ ਫਿਰ ਯਹਾਂ ਇੱਕ ਹੀ ਲਿਆ। ਮੈਂ ਬੋਲਿਆ ਬਾਕੀ ਖਰਾਬ ਹੋ ਜਾਣਗੇ ਤਾਂ ਦੁਬਾਰਾ ਲੈ ਲੈਂਗੇ। ਕਹਿੰਦੇ ਇੱਥੋਂ ਬ੍ਰਸ਼ਿਜ਼ ਥੇ, ਇੱਕ ਸਿੰਗਲ, ਕਹਿੰਦੇ ਇੱਕ ਪੂਰਾ ਪੈਕਟ, ਤਾਂ ਸਿੰਗਲ ਤਾਂ ਅਲੱਗ ਚੀਜ਼ਾਂ ਵਾਸਤੇ ਯੂਜ਼ ਹੁੰਦਾ, ਬਾਕੀ ਇਹ ਵੀ। ਫਿਰ ਉਸ ਤੋਂ ਬਾਅਦ ਆਈਏ ਲਿਪਸਟਿਕ, ਤਾਂ ਇਹਦੇ ਸ਼ੇਡਸ ਤਾਂ ਮੈਂ ਬਿਲਕੁਲ ਲਾਈਟ ਲਾਈਟ ਲਗਾਉਂਦੀ, ਪਰ ਵਿਆਹ ਦੇ ਬਾਅਦ ਤਾਂ ਬੋਲਿਆ ਡਾਰਕ ਲਗਾਉਣਾ ਪਾਉਣੇ। ਤਾਂ ਦੋ ਲਿਪਸਟਿਕਾਂ ਪਸੰਦ ਕੀਤੀਆਂ, ਤਾਂ ਸਾਰੇ ਪ੍ਰੋਡਕਟ ਜਿਹੜਾ ਥੇ ਮੈਂ ਲੈਕਮੇ ਦੇ ਲਏ, ਕਿਉਂਕਿ ਸੈ ਮਤਲਬ ਅੱਛੇ ਲਿਆਉਣ ਤਾਂ ਮਤਲਬ ਚਿਹਰੇ 'ਚ ਮਤਲਬ ਜ਼ਿਆਦਾ ਇਹ ਨਹੀਂ ਹੁੰਦੀ ਫਿਰ ਦਿੱਕਤ ਕਿ ਸਾਡਾ ਚਿਹਰਾ ਖਰਾਬ ਨਾ ਹੋਈਆਂ। ਤਾਂ ਦੋ ਲਿਪਸਟਿਕਾਂ ਚੂਜ਼ ਕਰਨੇ 'ਚ ਪ੍ਰੀਆ ਮੇਰੀ ਹੈਲਪ ਕਰ ਰਹੀ ਥੀ, ਤਾਂ ਪਤਾ ਨਹੀਂ ਕਿਤਨੀਆਂ ਲਿਪਸਟਿਕਾਂ ਦਾ ਖਲਾਰਾ ਪਾਈ ਤੇ ਆਹ ਹਾਂ, ਅਤੇ ਤੂੰ ਕਹਿੰਦਾ ਦਿੱਖਾ ਤਾਂ ਇਹ ਪਈ ਨਾ, ਦੋਨੀ ਜਣੀਆਂ ਪਸੰਦ ਨਹੀਂ ਉਹਦਾ। ਫਿਰ ਫਾਈਨਲੀ ਦੋ ਲਿਪਸਟਿਕਾਂ ਹਾਂ ਜੋ ਪਸੰਦ ਆਈਆਂ, ਤਾਂ ਦੀਦੀ ਕਹਿੰਦੇ ਆਹ ਲਿਪ ਲਾਈਨਰ ਵੀ ਲਈ। ਮੈਂ ਸੋਚਿਆ ਆਈਓ ਤਾਂ ਮੈਂ ਕੁਛ ਹਲਦੀ ਵਾਸਤੇ ਇਹ ਜਿਹੜਾ ਹੁੰਦੇ ਨੈਕਲੈਸ ਵਗੈਰਾ ਇਹ ਵੀ ਦੇਖੀ ਲੈ, ਪਰ ਇਹ ਸਾਰਾ ਕੋਮਨ ਹੋਈ ਚੁੱਕਿਆ। ਮੈਂ ਸੋਚਿਆ ਕੁਛ ਅਲੱਗ ਪਾਂ, ਮੈਂ ਦੇਖੇ ਤਾਂ ਬੜੇ ਸਾਰੇ ਨਾ, ਪਰ ਮੈਨੂੰ ਕੋਈ ਵੀ ਪਸੰਦ ਨਹੀਂ ਆਇਆ। ਤਾਂ ਜਿਹੜਾ ਦੱਸਾ ਦੇ ਨਾ ਵਿਚਾਰੇ ਆਂਟੀ ਹੈ, ਤੇ ਨਾ ਮੇਰੇ ਮੂੰਹੇ ਦੇ ਐਕਸਪ੍ਰੈਸ਼ਨਾਂ 'ਤੇ ਪਤਾ ਲਾਈ ਲਿਆ ਕਿਸੇ ਕੋਈ ਵੀ ਪਸੰਦ ਨਹੀਂ ਆਇਓ। ਉਸ ਤੋਂ ਬਾਅਦ ਮੈਂ ਲੈਣਾ ਹਾਂ ਵਾਲਾਂ ਵਾਸਤੇ ਕਲਚਰ, ਜਿਹੜਾ ਕਿ ਇਹ ਫੰਗਾ ਫੁੰਗਾ ਵਾਲਿਆਂ ਪ੍ਰਿਆ ਪਤਾ ਨਹੀਂ ਕੁਤੂ 'ਤੇ ਤੋਪੀ ਕੇ ਲਵਾ ਦੀ, ਕਹਿੰਦਾ ਲਾਈ ਲਾਈ ਕੇ ਦਿਖਾ ਦੀ ਹੀ। ਤਾਂ ਬੋਲਣ ਕਿ ਇਹ ਦੋ ਲੈ ਲੈ, ਮੈਨੂੰ ਬੜੇ ਪਿਆਰੇ ਲੱਗੇ, ਤਾਂ ਦੋ ਕਲਚਰ ਮੈਂ ਪ੍ਰੀਏ ਦੀ ਪਸੰਦਾਂ ਦੇ ਲਈ ਲਏ। ਉਸ ਤੋਂ ਬਾਅਦ ਮੈਂ ਸੋਚਿਆ ਕਲੀਰੇ ਦਿਖਦੀ ਆਪਣੇ ਤਾਂ ਹੀ, ਤਾਂ ਕਲੀਰੇ ਬੜੇ ਸੁੰਦਰ ਸੁੰਦਰ, ਕਹਿੰਦੇ ਬਿਲਕੁਲ ਛੋਟੂ ਛੋਟੂ ਦੇ ਥੇ, ਤਾਂ ਕਲੀਰੇ ਥੋੜ੍ਹੇ ਜ਼ਿਆਦਾ ਹੀ ਮਹਿੰਗੇ ਥੇ, ਤਾਂ ਫਿਰ ਮੈਂ ਰਹਿਣਾ ਦਿੱਤੇ। ਮੈਂ ਲਿਆ ਕੋਈ ਗੱਲ ਨਹੀਂ, ਹੁਣ ਮੇਕਅਪ ਲਈ ਚਲਦੀ, ਕਹਿੰਦਾ ਬਾਅਦ 'ਚ ਮੈਂ ਕਲੀਰੇ ਲੈ ਲੈਂਗੀ। ਦੋਸਤੋ, ਸ਼ੋਪਿੰਗ ਤਾਂ ਬੜੇ ਮਜ਼ੇ ਨਾਲ ਕਰ ਲਈ ਹੀ, ਐਂਡ 'ਚ ਵਾਰੀ ਆਈ ਬਿੱਲੇ ਦੀ, ਜਿਸ 'ਤੇ ਕਿ ਮੈਂ ਡਰਾ ਦੀ ਹੀ, ਬਿੱਲ ਥੋੜ੍ਹਾ ਜ਼ਿਆਦਾ ਹੀ ਬਣੀ ਆਹ। ਤਾਂ ਬਲੌਗੇ ਦੇ ਐਂਡ 'ਚ ਦੱਸ ਕੀ ਕਿਤਨਾ ਬਿੱਲ ਹੈ, ਪਹਿਲਾਂ ਮੈਂ ਤੁਹਾਨੂੰ ਘਰ ਜਾ ਕੇ ਸਮਾਨ ਦੱਸਗੀ, ਤਾਂ ਤੁਹਾਂ ਲਿਸਟ ਦੇਖੀ ਸਕਦੇ, ਕਾਫੀ ਲੰਬੀ ਚੌੜੀ ਲਿਸਟ ਸੀ ਮੇਰੀ। ਕਹਿੰਦੇ ਤੂੰ ਜਿਹੜਾ ਮੇਰੇ ਪੈਸੇ ਖਰਚਾਏ ਨਾ, ਤੂੰ ਤਾਂ ਮੇਰੇ ਨਾਲ ਗੱਲਾਂ ਕਰਦੀ ਹੁਣ। ਪਾਗਲ, ਵਿਆਹ ਵੀ ਇੱਕ ਵਾਰੀਆਂ ਹੀ ਹੁੰਦਾ, ਕਹਿੰਦਾ ਪੈਸੇ ਵੀ ਇੱਕ ਵਾਰੀਆਂ ਹੀ ਜੁੜਦੇ। ਤਾਂ ਪਾਗਲ ਦਿਖ, ਤੇ ਜੋ ਨੋਈਆਂ ਸੋਈਆਂ ਸਾਰੇ ਦਿਖਣਾ, ਬੋਣਾ ਆ ਅਕਸ਼ਿਤਾ ਖੈਰ ਆਈ ਓ ਭਾਈਆ। ਪਹਿਲਾਂ ਹੁਣੀ ਨੇ ਇਹ ਦੱਸੀ ਤੇ ਤੂੰ ਦੋ ਲਿਪਸਟਿਕਾਂ ਮਿੰਜੋ ਤੇ ਕਿਤਨੇ ਲਵਾਈ ਤੀਆਂ? 1150 ਦੀਆਂ, ਪਰ ਡਿਸਕਾਊਂਟ ਵੀ ਮਿਲਣਾ ਨਾ। ਹਾਂਜੀ, ਪਰ ਲਿਪਸਟਿਕਾਂ ਦੋ ਥੀਆਂ 1100 ਦੀਆਂ। ਕਹਿੰਦਾ ਪੂਰਾ ਰੇਟ ਆਹ ਬਿੱਲ ਜਿਹੜਾ ਜਿਤਣਾ ਬਣਿਆ ਨਾ, ਸਹ ਐਂਡ 'ਚ ਦੱਸਣਾ ਕਿ ਪੂਰੇ ਪ੍ਰੋਡਕਟ ਦਾ ਬਿੱਲ ਕਿਤਨੇ ਦਾ। ਪਹਿਲੀ ਵਾਰੀ ਲੈ ਇੰਨਾ, ਹਾਂ ਅੱਲਾ ਪਤਾ ਵੀ ਨਹੀਂ ਹੈ ਕਿ ਕਿਆ ਕਿਆ ਕਰਦੇ ਨੇ। ਲੈ ਆਈਆਂ, ਲੈ ਜ਼ਰੂਰ ਆਈਆਂ। ਚੱਲ ਇੱਕ ਇੱਕ ਕਰੀਕੇ, ਇਹ ਹੈ ਇਹ ਮੇਕਅਪ ਰਿਮੂਵਰ, ਜਿਹੜਾ ਟਿਸ਼ੂ ਪੇਪਰ ਹੁੰਦੇ ਨੇ ਸਹਿ, ਮਤਲਬ ਬਾਕੀ ਤਾਂ ਮੈਨੂੰ ਪਤਾ ਨਹੀਂ ਹੈ, ਪਤਾ ਨਹੀਂ, ਮੈਂ ਵੀ ਪਹਿਲੀ ਵਾਰੀ ਦੇਖੇ ਤਾਂ ਮੈਨੂੰ ਪਤਾ ਨਹੀਂ ਹੈ। ਕਹਿੰਦਾ ਇਹ ਹੈ ਪਰਫਿਊਮ, ਦਿੱਥੂ ਤੇ 5-6, ਪਰ ਮੈਨੂੰ ਇਸ ਦੀ ਖੁਸ਼ਬੂ ਬੜੀ ਅੱਛੀ ਲੱਗੀ, ਫਰੈਗਰੈਂਸ ਹੈ। ਇਹਨੇ ਦੱਸਦਾ ਗੁਣ ਦੇ ਲਿਆ ਤਾਂ ਵੀ ਆੜਾ ਲੈਣੇ ਹੋ, ਅਗਰ ਲੈਣਾ ਹੋਊਗਾ ਤਾਂ ਬੜੀ ਅੱਛੀ ਫਰੈਗਰੈਂਸ ਹੈ ਇਹਦੀ। ਹਾਂ, ਕਹਿੰਦੇ ਤੁਸੀਂ ਨਾ ਕਮੈਂਟ 'ਚ ਦੱਸਣੀ ਕਿ ਤੁਹਾਡਾ ਫੇਵਰੇਟ ਪਰਫਿਊਮ ਕੁਣ ਦਿਆ, ਤੇਰਾ ਕੁਣ ਦਿਆ? ਮੇਰਾ ਮੈਨੂੰ ਤਾਂ ਜਿਹੜਾ ਮਿਲੀ ਹੈ ਮੈਂ ਲਾ ਲੈਂਦੀ ਨਾ, ਪਰ ਤੂੰ ਮੈਨੂੰ ਅੱਜ ਨਾ ਦੱਸਿਆ ਹੀ ਦੁਕਾਨਾਂ ਸਾਨੂੰ ਦੱਸਿਆ ਜੀ ਐਲਵੀ ਦਾ। ਹਾਂ, ਇਹ ਦੱਸਿਆ ਫੇਵਰੇਟ ਹੈ, ਕਹਿੰਦਾ ਤੁਹਾਡਾ ਕੌਣ ਹੈ ਤੁਸੀਂ ਕਮੈਂਟ ਕਰੀ ਦੱਸਣਿਓ। ਕਹਿੰਦਾ ਇਹ ਲਿਆ ਇੱਕ ਬ੍ਰੈਸ, ਇਹਦੀ ਪਿੱਛੇ ਹਾੜੀ ਦੂਨੀ ਦੀ ਥੋੜ੍ਹੀ ਬਹਿਸ ਵੀ ਹੋਈ ਹੋ। ਮੈਂ ਇਸੇ ਬੋਲਿਆ ਇਹ ਬ੍ਰੈਸ਼ ਨਹੀਂ ਲੈਣਾ, ਇਹ ਬੁਣ ਲੱਗੀ ਕਿ ਨਾ ਬੋਲਿਆ ਹੈ, ਇਹ ਜਾ ਮਤੇ ਵਾਲੇ ਲੈ। ਮੈਂ ਬੋਲਿਆ ਤੇ ਹਾਈਲਾਈਟਰ ਵਾਸਤੇ ਇਹ ਚਾਹੀਦਾ, ਕਹਿੰਦਾ ਬਾਕੀ ਨਹੀਂ ਨਹੀਂ ਪਹਿਲਾਂ ਇਹਨੇ ਇਹ ਵੀ ਦੱਸਣਾ ਇਹ ਕਹਿ ਲਿਆ ਵਾ ਤੂੰ ਚਮਕ ਨਹੀਂ ਅੱਛਾ ਲੱਗਾ ਹੱਥੀ ਦੀ, ਇਹ ਲੈ ਲਿਆ ਕੰਮ ਇਦਾਂ, ਬਸ ਪਤਾ ਨੀ ਹੈ ਕਿ ਨਹੀਂ ਹੈ, ਵੈਸੇ ਹੈ, ਵੈਸੇ ਇਹ ਸਪੋਂਜ ਪਰਪਲ ਕਲਰ ਦਾ, ਇਹਦੀ ਲੈਣੇ ਤਾਂ ਹਾਂ ਮਤਲਬ 3-4 ਹੈ, ਪਰ ਥੋੜਾ ਸਾਡਾ ਬਜਟ ਵਿਗੜੀ ਹੈ, ਫਿਰ ਹਾਂ ਇੱਕ ਹੀ ਲਿਆ।
ਇਸ ਤੋਂ ਬਾਦ ਇਹ ਆਈਏ ਸਾਡੇ ਹੋਲੀਏ ਦੇ ਰੰਗ, ਨਹੀਂ ਸੋਰੀ ਹੋਲੀਏ ਦੇ ਰੰਗ ਨਹੀਂ, ਇਹ ਨਾ ਪੀ ਕਿਆ ਹੈ ਗਲਿਟਰ ਨਾ ਗਲਿਟਰ ਕਹਿੰਦਾ ਆਈ ਮੇਕਅਪ ਦੀ ਪੂਰੀ ਜਿਹੜਾ ਆਈ ਸ਼ੈਡੋ ਵਾਲੀ ਕਿੱਟ ਇਹ ਹੈ ਸਾਰੀ, ਕਹਿੰਦਾ ਇਸ 'ਚ ਬੜੇ ਪਿਆਰੇ ਪਿਆਰੇ ਕਲਰ ਨ ਜਿਹੜਾ ਵੀ ਇਹ ਦੇਖੋ ਸ਼ਾਨ ਜੀ ਜੇ ਦੱਸਿਆ ਨਾ ਤਾਂ ਬੋਂਗੇ ਹੋਲੀ ਨਹੀਂ ਰੰਗ ਬੋਲਿਆ ਰੰਗਾ ਬੋਲਿਆ ਮੈਨੂੰ ਪਤਾ ਹੈ ਰੰਗਾ ਹੀ ਡੱਬੀ ਹੈ ਬੋਲੇ ਪਰ ਰੰਗਾ ਹੀ ਡੱਬੀ ਨਹੀਂ ਹੈ ਇਤਨੇ ਪੈਸੇ ਦੀ ਆ ਯੋ ਨਾ ਕਰੇ ਤੁਹਾਂ ਬੋਲੇ ਤੇ ਰੰਗਾ ਦੀ ਡੱਬੀ ਜੇ ਦੀਦੀ ਤੁਸੀਂ ਪਾਉਂਦੇ ਚੱਲ ਕੇ ਅੱਛਾ ਜੀ ਖਿੱਚ ਕੇ ਹੋਣੀ ਇਹਦੀ ਉਹ ਜ਼ਿਆਦਾ ਜ਼ੋਰ ਤਾਂ ਨਹੀਂ ਹੋਈ ਇਹ ਟਿੱਚ ਕਰ ਜ਼ੋਰ ਲਗਾਉਣਾ ਪੈਣਾ ਇਸੀ ਆਈ ਮੇਕਅਪ ਕਰਨੇ ਵਾਸਤੇ ਸਪੈਸ਼ਲ ਇਹ ਪਤਾ ਨਹੀਂ ਕਿਤਨਾ ਦੇ ਲਿਸਟਾ ਚ ਦੇਖੀ ਕੇ ਲੱਗਣਾ ਪਤਾ ਪੁੱਛੀ ਰਹਿਣੇ ਮੈਡਮ ਹੈ ਕਿ ਉਹਦਾ ਕਰਨਾ ਕਿ ਨਹੀਂ ਉਹਦਾ ਤਾਂ ਕਰੀ ਸਿੱਖੀ ਲੈਣਾ ਸਮਾਨ ਆਈਆਂ ਤੇ ਪ੍ਰਿਆ ਨਾ ਇਹ ਜਿਹੜਾ ਮੇਕਅਪ ਕਰਨੇ ਤੇ ਬਾਅਦ ਜਿਹੜਾ ਮੇਕਅਪ ਸੈਟਿੰਗ ਸਪਰੇ ਹਾਂ ਸੈ ਵਾਲਾ ਮੈਂ ਕਰਦੀ ਨਹੀਂ ਤੁਹਾਨੂੰ ਮਿੰਜੇ ਤਾਂ ਪਤਾ ਨਹੀਂ ਹੈ ਇਹ ਬਲੌਗਾਂ ਦਿਖਦੀ ਰਹਿੰਦੀ ਤੇ ਇਹਨਾਂ ਕੁੜੀਆਂ ਕੜੀਆਂ ਦੀ ਜਿਹੜਾ ਮੇਕਅਪ ਵਾਲੀਆਂ ਪਾਉਂਦੀਆਂ ਕਹਿੰਦਾ ਮਿੰਜੇ ਦੱਸਦੀ ਰਹਿੰਦੀ ਇਹ 'ਚ ਮਿੰਜੋ ਇੱਕ ਵੀ ਚੀਜ਼ਾਂ ਦੀ ਨੌਲੇਜ ਨਹੀਂ ਹੈ ਜਰਾ ਵੀ ਨਹੀਂ ਹਾਂ ਤੁਸੀਂ ਪਰ ਟੈਸਟ ਕਰਨਾ ਹਾਂ ਇਹ ਸਭ ਸੇ ਐਂਡ ਆ ਰਹੀ ਹੈ ਬਰਗਰ ਅਬੂ ਮੈਂ ਪਰ ਕਰ ਗਈ ਅਬੂ ਤੁਸੀਂ ਪਰ ਕਰ ਗਏ ਕੈਮੇ ਪਰ ਗਈ ਹੈ ਨਾ ਕਹਿੰਦਾ ਇਹ ਹੈ ਲੈਕਮੇ ਦਾ ਮੋਇਸਚਰਾਈਜ਼ਰ ਕਹਿੰਦਾ ਇਸ ਤੋਂ ਬਾਅਦ ਆਈਏ ਇਹ ਕਿਆ ਹਾ ਪ੍ਰਾਈਮਰ 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 ਇਹ ਵੀ ਲੈਕਮੇ ਦਾ ਮੈਂ ਸਾਰੇ ਪ੍ਰੋਡਕਟ ਨਾ ਲੈਕਮੇ ਦੇ ਲਏ ਕਿਉਂਕਿ ਅੱਛੀ ਹੈ ਅੱਛਾ ਹਾਂ ਕਹਿੰਦਾ ਇਹ ਲਏ ਮੈਂ ਦੋ ਕਲੱਚਰ ਕਲੱਚਰ ਪਿੰਚ ਲਏ ਦੋ ਸੁੰਦਰ ਲੱਗੇ ਪਰ ਇਹਦੇ ਜਿਹੜਾ ਪਿੰਚ ਹੈ ਨਾ ਆਪੂ ਤਾਂ ਉਹ ਕਿੰਨਾ ਟਾਈਮ ਲਗਾਉਂਗੀ ਕਹਿੰਦਾ ਇਹ ਦੂ ਹੈ ਦੇਖਾ ਇਹ ਵੀ ਬੜਾ ਇਹ ਬੜੇ ਇਸ ਤੋਂ ਬਾਅਦ ਕਿਹਾ ਹੈ ਇਹ ਐਸੇ ਹਾਈਲਾਈਟਰ ਪ੍ਰਿਆ ਨਿਕਾਲੀ ਸੀ ਉਹ ਹਾਈਲਾਈਟਰ ਇਸੀ ਵਾਸਤੇ ਸਪੈਸ਼ਲ ਇਹ ਵਾਲਾ ਬ੍ਰਸ਼ ਲਿਆ ਇਸੀ ਵਾਸਤੇ ਅੱਲਾ ਪਤਾ ਨਹੀਂ ਕਿ ਕਿੰਨਾ ਕਰਨਾ ਹਾਈਲਾਈਟਰ ਸਹੀ ਨੱਕ ਪਤਲਾ ਕਰਨਾ ਖਾ ਖਾ ਪਤਲੀਆਂ ਕਰਨੀ ਸਹੀ ਨਾ ਹਾਂ ਤਾਂ ਪਤਾ ਤਾਂ ਐਵੇਂ ਜੋ ਕਰਨਾ ਹਾਈਲਾਈਟਰ ਨਹੀਂ ਕਿ ਮੋਟੀਆਂ ਕਰੀ ਕੱਲ ਮੈਂ ਤੇਰਾ ਤੇਰਾ ਮੇਕਅਪ ਕਰਨਾ ਮੈਂ ਕੱਲ ਟਰਾਈ ਕਰਨਾ ਤੀਜੋ ਪਾ ਠੀਕ ਹੈ ਨਾ ਭੂਤ ਹੀ ਬਣਾਈ ਖੜਦੀ ਭੂਤ ਕਿਆ ਬੱਚੇ ਮੈਂ ਪਹਿਲੇ ਕੋਰਸ ਹੈ ਕਿ 13 ਸਾਲ ਭਰਦਾ ਕੁਤੂ ਪਤਾ ਨਹੀਂ ਕੁਤੂ ਕੋਣਾ ਫੋਕਾ ਬਿਊਟੀ ਪਾਰਲਰ ਚੋਜੋ ਬਿਊਟੀ ਪਾਰਲਰ ਚੋਜੋ ਬਿਊਟੀ ਪਾਰਲਰ ਤੂੰ ਬੜੀ ਬਦਤਮੀਜ਼ ਹੈ ਨਾ ਕਹਿੰਦਾ ਇਹ ਨੇਲ ਪੇਂਟ ਕਿਆ ਇਹ ਕਿਆ ਹੁੰਦਾ ਇਹ ਕਿਆ ਬੋਲ ਰਹੀ ਸੀ ਉਹ ਗਲਿਟਰ ਜਿਹੜਾ ਹਾਂ ਨੇਲ ਪੇਂਟ ਲਗਾਉਣਾ ਤੁਸੀਂ ਉੱਪਰ ਲਗਾਉਣਾ ਕਹਿੰਦੇ ਚਮਕ ਚਮਕ ਹੋਣੀ ਇਹ ਲਿਆ ਕਹਿੰਦਾ ਇਹ ਪਾਈਏ ਦਿਖਾ ਕਿਤਨੀ ਇੰਨੀ ਕੀ ਇੰਨੀ ਕਹਿੰਦੇ 1100 ਆਈਆਂ ਦੋ ਲਿਪਸਟਿਕਾਂ ਐਲ ਵੀ ਕੰਪਨੀ ਦੀਆਂ ਦਿਖਾ ਮੈਡਮਾ ਬੋਲੇ ਲੈਕਮੇ ਤੇ ਸਿਵਾ ਕੁਛ ਹੋਰ ਲੈਣਾ ਹੀ ਨਹੀਂ ਹੈ ਤਾਂ ਬੱਚੀ ਹੁਣ ਕੀ ਕਰਨਾ ਹਾਂ ਤਾਂ ਕਹਿੰਦਾ ਇਹ ਕਿਆ ਹਾ ਪਈਆ ਇਹ ਕੰਸੀਲਰ ਹੈ ਇਸੀ ਇਹ ਮਤਲਬ ਜਿਹੜਾ ਡਾਰਕ ਸਰਕਲ ਵਗੈਰਾ ਫਿਰ ਇੱਥੋਂ ਇੱਥੋਂ ਜਿਹੜਾ ਕਾਲਾ ਕਾਲਾ ਹੁੰਦਾ ਇਸੀ ਲਗਾਈ ਕੇ ਗੋਰੇ ਹੋਈ ਜਾਣਾ ਮਾਰੇ ਦੂਨੀ ਹੱਥਾਂ 'ਤੇ ਲਗਾਈ ਰਾਤ ਗੋਰੇ ਹੋਈ ਯਾਰੇ ਕਹਿੰਦਾ ਇਹ ਹੈ ਫਾਊਂਡੇਸ਼ਨ ਇਹ ਵੀ ਹੈ ਲੈਕਮੇ ਦਾ ਬਾਕੀ ਮਤਲਬ ਸਾਰੇ ਪ੍ਰੋਡਕਟ ਸਾਡੇ ਲੈਕਮੇ ਦੇ ਹੀ ਹਨ ਕਹਿੰਦਾ ਬਸ ਦੇਖਾਂ ਹੁਣ ਮੈਂ ਤੁਹਾਨੂੰ ਦੱਸਦੀ ਬੈਕ ਕੈਮਰੇ ਨਾਲ ਦੋਸਤੋ ਇਹ ਇਤਨਾ ਕੀ ਸਮਾਨ ਹੈ ਤਾਂ ਹੁਣ ਤੁਹਾਨੂੰ ਜੋ ਆਈ ਵਾਰੀ ਦੱਸਣੇ ਦੀ ਬਿੱਲੇ ਦੀ ਤਾਂ ਤੁਸੀਂ ਬਿੱਲ ਵੀ ਦੇਖੀ ਸਕਦੇ ਇਹ ਦੇਖਾਂ ਇਹ ਬਿੱਲ ਮੰਮੀ ਆਏ ਰਹੇ ਉੱਥੇ ਬੋਲੇ ਬਿੱਲੇ ਦੱਸਤਾ ਮੈਂ ਬਿੱਲ ਲਗਾਈ ਪਾਇਆ ਮੈਂ ਇਹ ਕਰਕੇ ਬਿੱਲ ਲਗਾਈ ਪਾਇਆ ਅਗਰ ਦੱਸ ਦਿੰਦੀ ਤਾਂ ਗਾਲੀ ਪੋਣੀ ਰੱਖਣਾ ਪੱਲਾ ਇਹ ਸਮਾਲੀ ਕਰੀ ਹੈ ਨਾ ਯਾਦਾਂ ਹੁੰਦੀਆਂ ਇਹ ਕਹਿੰਦੀ ਬਿੱਲਾਂ ਹੀ ਆ ਕਿ ਕਿਤੇ ਪੈਸੇ ਖਰਚੇ ਹੋ ਪਹਿਲੀ ਵਾਰੀ ਤਾਂ ਜ਼ਿੰਦਗੀ 'ਚ ਖਰਚੇ ਹੋਣੇ ਨੇ ਆਪਣੇ ਮੰਮੇ ਦਾ ਇਹਦੇ ਦਾ ਕੁਛ ਦੋਸਤੋ ਇਹਨਾਂ ਬਰੱਸ਼ਾਂ ਦਾ ਕਰਨਾ ਕੀ ਹੁੰਦਾ ਇੱਥੇ ਇਹਦਾ ਨਾ ਪਤਾ ਇਹ ਆੜ ਨਾ ਆੜੀਆਂ ਕਰਨੀਆਂ ਮਤਲਬ ਇਹ ਆਈ ਆਈਬ੍ਰੋ ਭਰਨੀਆਂ ਕਾਂਗੂ ਪਈਦਾ ਆਈਬ੍ਰੋ ਦਾ ਕਹਿੰਦਾ ਬਾਕੀ ਮੈਨੂੰ ਨਹੀਂ ਪਤਾ ਇਹਦੀ ਕਿਆ ਕਿਆ ਬੋਲਦੇ
ਤਾਂ ਹਾਂ ਮੈਨੂੰ ਕਮੈਂਟ ਕਰਕੇ ਦੱਸਣੀ ਜਿਹੜਾ ਜਿਹੜਾ ਮੈਂ ਪ੍ਰੋਡਕਟਸ ਤੁਹਾਨੂੰ ਦੱਸੇ ਨੇ ਤੇ ਨਾਂ ਕਿਆ ਕਰ ਹੈ, ਯੂਜ਼ ਕਿਵੇਂ ਹੁੰਦੇ। ਵੈਸੇ ਤਾਂ ਮੈਂ ਵੀਡੀਓ ਵਗੈਰਾ ਦੇਖ ਲੈਂਗੀ, ਮੈਂ ਮੇਕਅਪ ਕਰਦੀ ਨਹੀਂ ਤੁਹਾਨੂੰ ਪਤਾ ਹੀ ਹੈ, ਪਰ ਹੁਣ ਮੈਨੂੰ ਕਰਨਾ ਸਟਾਰਟ ਕਰਨਾ ਪਉਣਾ ਕਿਉਂਕਿ ਪੈਸੇ ਵੀ ਖਰਚੀ ਤੇ ਸਮਾਨ ਵੀ ਲੈ ਲਿਆ, ਤਾਂ ਹੁਣ ਕਰਨਾ ਪਉਣਾ। ਕਨੇ ਸੀ ਬਲੌਗ ਮੈਂ ਇੱਥੇ ਐਂਡ ਕਰਦੀ, ਕਿ ਹੁਣ ਵਿਆਹ ਦੇ ਬਲੌਗ ਉਹ ਕਰਨੇ ਨੇ ਸਾਰੇ ਹੀ। ਤਾਂ ਬਾਏ ਸਾਰੇ।